ਨਿਊਟਨ ਡਿਸਕ ਸਮੱਗਰੀ, ਪੁਰਾਣੀ ਸੀਡੀ, ਕਾਗਜ਼ ਦੀ ਡਿਸਕ, ਉੱਪਰ ਰੰਗਦਾਰ ਪੱਟੀਆਂ, ਫੈਵੀਕਵਿਕ ਬੰਟਾ ਕਲਰ ਪੈਨ। ਇੱਕ ਕਾਗਜ਼ ਜਾਂ ਕਾਰਡ ਦੀ ਗੋਲ ਸ਼ੀਟ ਜਿਸ ਵਿੱਚ ਇੱਕ ਛੇਕ ਵੀ ਹੈ, ਇਸ ਉੱਪਰ ਸਤਰੰਗੀ ਪੀਂਘ ਵਾਲੇ ਸਾਰੇ ਰੰਗਾਂ ਦੀਆਂ ਪੱਟੀਆਂ ਬਣਾਓ। ਸਾਰੇ ਰੰਗਾਂ ਦੇ ਵਿੱਚ ਸਫੇਦ ਰੰਗ ਵੀ ਜ਼ਰੂਰ ਛੱਡੋ। ਹੁਣ ਇੱਕ ਪੁਰਾਣੀ ਸੀਡੀ ਉੱਪਰ ਗੂੰਦ ਲਗਾ ਕੇ ਕਾਗਜ਼ ਦੀ ਗੋਲ ਸ਼ੀਟ ਨੂੰ ਉਸ ਉੱਪਰ ਚਿਪਕਾ ਦਿਓ। ਇੱਕ ਬੰਟਾ ਲਓ, ਇਸ ਨੂੰ ਫੈਵੀਕਵਿਕ ਦੀ ਮਦਦ ਨਾਲ ਸੀਡੀ ਦੇ ਵਿਚਕਾਰਲੇ ਛੇਕ ਵਿੱਚ ਚਿਪਕਾਓ ਅਤੇ ਸੁੱਕਣ ਦਿਓ। ਤੁਹਾਡੀ ਨਿਊਟਨ ਡਿਸਕ ਤਿਆਰ ਹੈ। ਇਸ ਨੂੰ ਸਮਤਲ ਫਰਸ਼ 'ਤੇ ਰੱਖ ਕੇ ਘੁਮਾਓ। ਤੁਸੀਂ ਵੇਖੋਗੇ ਕਿ ਸਾਰੇ ਰੰਗ ਮਿਲ ਕੇ ਇੱਕ ਸਫੇਦ ਰੰਗ ਹੀ ਨਜ਼ਰ ਆਵੇਗਾ।